ਮੇਲੀ ਕੋਈ ਬਣਾਇਆ ਹੀ ਨਹੀਂ। ਸਭ ਤਰ੍ਹਾਂ ਦੇ ਮੇਲੀ ਹਨ, ਖਾਣ ਪੀਣ ਦੇ ਮੇਲੀ, ਸੈਰ ਸਪਾਟੀਆਂ ਦੇ ਮੇਲੀ, ਕੰਮਾਂ ਕਾਜਾਂ ਦੇ ਮੇਲੀ, ਵੈਰ ਵਿਰੋਧ ਦੇ ਮੇਲੀ, ਪਰ ਮਨ ਦਾ ਮੇਲੀ ਕੋਈ ਬਣਾਇਆ ਨਹੀਂ ਜਿੱਥੇ ਮਨ ਦੀ ਗੰਢ ਖੋਲ ਸਕੇ। ਬਿਰਸਾ ਕਹੋ ਕਮਨ ਸਿਉ ਮਨ ਕੀ, ਲੋਭ ਗਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ, ਸੁਖ ਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰੇ ਸਵਾਨ ਜਿਉ ਡੋਲਤ, ਨਹੀਂ ਸੁਧ ਰਾਮ ਭਜਨ ਕੀ, ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ, ਕੌਡੀਆਂ ਦੇ ਬਦਲੇ ਜਨਮ ਗਵਾ ਬੈਠਾ, ਆਪ ਨੂੰ ਨਾ ਚੀਨਿਆ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਹਰ ਗੱਲ ਵਿੱਚ ਤਾਂ ਹੀ ਸੋਚਦਾ ਮੈਨੂੰ ਲੋਕ ਕੀ ਆਖਣਗੇ, ਇਸ ਗੱਲ ਵਿੱਚ ਕਦੇ ਸੋਚਿਆ ਜੇ ਮੈਂ ਨਾਮ ਨਾ ਜਪਿਆ, ਮਨੁੱਖ ਜਨਮ ਤੋਂ ਬਾਅਦ ਮੈਂ ਜਾ ਪਿਆ ਕਿਸੇ ਤ੍ਰਿਗਤ ਜੋਨੀ ਵਿੱਚ,
ਸਾਹਿਬ ਆਖਦੇ ਨੇ ਸੂਕਰ ਕੂਕਰ ਜੋਨ ਬ੍ਰਹਮੇ ਤੋਂ ਲਾਜ ਨਾ ਆਈ। ਕਿੱਥੇ ਇਨਸਾਨ ਬਣ ਕੇ ਫਿਰਦਾ ਹੈ, ਕਿੱਥੇ ਮਨੁੱਖ ਬਣ ਕੇ ਫਿਰਦਾ, ਐਡੇ ਸੁੰਦਰ ਕੱਪੜੇ ਪਾ ਕੇ, ਐਡਾ ਸੋਹਣਾ ਘਰ ਬਣਾ ਕੇ ਵਿੱਚ ਰਹਿੰਦਾ, ਪਰ ਉਸ ਵੇਲੇ ਨੂੰ ਚੇਤੇ ਕਰ ਜੇ ਤੂੰ ਨਾਮ ਨਾ ਜਪਿਆ ਤਾਂ ਜਨਮਾਂ ਜੂਣੀਆਂ ਵਿੱਚ ਭਟਕੇਗਾ ਨਾ। ਵਾਹਿਗੁਰੂ ਜਾਣੇ ਕੂਕਰ ਬਣਾਂਗੇ ਕਿ ਸੂਕਰ ਬਣਾਂਗੇ। ਸਾਹਿਬ ਆਖਦੇ ਨੇ ਫਿਰ ਲਾਜ ਨਾ ਆਵੇਗੀ, ਸ਼ਰਮ ਨਾ ਆਵੇਗੀ ਕਿ ਮੈਂ ਕੀ ਸਾਂ ਤੇ ਕੀ ਬਣ ਗਿਆ, ਕਿਆ ਬਣਾਇਆ ਜਾ ਚੁੱਕਾ ਥਾ, ਕਿਆ ਬਣਾ ਜਾਤਾ ਹੂੰ ਮੈਂ, ਕੋਈ ਹੋਰ ਨਹੀਂ ਬਣਾ ਰਿਹਾ ਸਾਨੂੰ, ਅਸੀਂ ਆਪ ਹੀ ਬਣ ਰਹੇ ਹਾਂ। ਕਰਨ ਵਾਲਾ ਕੰਮ ਜਿਸਨੇ ਵੀ ਨਹੀਂ ਕੀਤਾ ਉਸਦਾ ਹਸ਼ਰ ਇਹੀ ਹੋਏਗਾ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ, ਆਪ ਨੂੰ ਨਹੀਂ ਚੀਨਿਆ। ਚੀਨਣਾ ਆਪ ਨੂੰ ਖੋਜਣਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਖੋਜਿਆ ਤੈਨੂੰ ਪਤਾ ਲੱਗੇਗਾ ਕਿ ਇਹ ਜੋ ਦੁਨੀਆ ਸਿਹਰ ਮੇਲਾ, ਇਹ ਤਾਂ ਜਾਦੂ ਦੀ ਨਗਰੀ ਹੈ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਇੱਥੇ ਸਦਾ ਕਿਸੇ ਨੇ ਰਹਿਣਾ ਨੇ, ਇੱਥੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਾਹਿਬ ਆਖਦੇ ਨੇ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ, ਜਿੰਨਾ ਤਿਰ ਤੇਰੀ ਦੇਹੀ ਵਿੱਚ ਪ੍ਰਾਣ ਚੱਲਦੇ ਹਨ ਸਾਹਿਬ ਨੂੰ ਕਿਉਂ ਵਿਸਾਰ ਬੈਠਾ, ਜਿਸ ਨਾਲ ਤੇਰਾ ਮਤਲਬ, ਜਿਸ ਨਾਲ ਤੇਰਾ ਕੰਮ, ਜਿਸਦੀ ਤੈਨੂੰ ਹਰ ਵੇਲੇ ਜ਼ਰੂਰਤ, ਜਿਸ ਬਿਨਾਂ ਤੇਰਾ ਕੁਝ ਸਰਦਾ ਨਹੀਂ, ਜਿਸ ਬਿਨਾਂ ਤੇਰਾ ਕੁਛ ਬਣਦਾ ਨਹੀਂ, ਭਾਵੇਂ ਲੋਕ ਦਾ ਤੇ ਭਾਵੇਂ ਪਰਲੋਕ ਦਾ, ਕੋਈ ਕਾਰਜ ਜਿਸ ਬਿਨਾਂ ਤੇਰਾ ਸਿੱਧ ਨਹੀਂ ਹੁੰਦਾ, ਉਸੇ ਨੂੰ ਭੁੱਲ ਗਏ, ਉਸੇ ਨੂੰ ਬੁਲਾ ਬੈਠਾ। ਐਡਾ ਜ਼ਰੂਰੀ ਕੰਮ ਸੀ ਕਰਨ ਵਾਲਾ ਤੇ ਉਹੀ ਉਹੀ ਨਾ ਕੀਤਾ ਤੇ ਭਾਵੇਂ ਕਿਡੀਆਂ ਜ਼ਿੰਮੇਵਾਰੀਆਂ ਚੁੱਕੀ ਫਿਰ ਬਾਹਰ ਦੀਆਂ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ, ਗੁਰਮੁਖ ਹੋ ਗਿਆ, ਗੁਰਮੁਖ ਬਣਨਾ ਹੈ ਭਾਈ ਗੁਰਮੁਖ। ਜਿਹੜੀ ਗੱਲ ਸਾਡੇ ਗੁਰਮੁਖ ਬਣਨ ਵਿੱਚ ਰੁਕਾਵਟ ਪਾਉਂਦੀ ਹੈ ਉਹ ਗੱਲ ਨਹੀਂ ਕਰਨੀ। ਜਿਹੜਾ ਕੰਮ ਸਾਨੂੰ ਗੁਰਮੁਖ ਨਹੀਂ ਬਣਨ ਦਿੰਦਾ ਉਸ ਕੰਮ ਦਾ ਤਿਆਗ ਕਰ। ਗੁਰਮੁਖ ਹੋਵੇ ਤਾਂ ਇੱਕ ਹੋ ਜਾਣੇ, ਬਿਨਾਂ ਗੁਰਮੁਖ ਹੋਏ ਤੋਂ ਉਸ ਇੱਕ ਨੂੰ ਜਾਣ ਨਹੀਂ ਸਕਦਾ। ਹਉ ਮੈਂ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿੱਚੋਂ ਜਿਨ ਸਾਚੇ ਸਿਉਂ, ਲਿਵ ਲਾਈ ਸ਼ਬਦ ਚੀਨ ਆਤਮ ਪ੍ਰਗਾਸ਼ਿਆ, ਸਹਿਜੇ ਰਿਹਾ ਸਮਾਈ। ਸ਼ਬਦ ਨੂੰ ਜਪ ਜਪ ਕੇ, ਕਿਉਂਕਿ ਪਵਜਲ ਬਿਨ ਸ਼ਬਦੇ ਕਿਉਂ ਤਰੀਏ, ਇਹ ਪਵਜਲ ਸੰਸਾਰ ਸਾਗਰ ਇਹ ਸ਼ਬਦ ਬਿਨਾਂ ਨਹੀਂ ਤਰ ਸਕਦੇ। ਤਾਰਨਹਾਰ ਸ਼ਬਦ ਹੈ, ਜਿੰਨਾ ਚਿਰ ਸ਼ਬਦ ਨਾ ਜਪੇਗਾ, ਸ਼ਬਦ ਨਾਲ ਮਨ ਨਹੀਂ ਲਾਏਗਾ ਉਹਨਾਂ ਚਿਰ ਤਰੇਗਾ ਨਹੀਂ। ਪਵਜਲ ਬਿਨ ਸ਼ਬਦੇ ਕਿਉਂ ਤਰੀਏ, ਨਾਮ ਬਿਨਾਂ ਜਗ ਰੋਗ ਵਿਆਪਿਆ, ਡੁੱਬਦਾ ਡੁੱਬ ਡੁੱਬ ਮਰੀਏ। ਡੁੱਬ
ਡੁੱਬ ਮੋਏ ਕੌਣ ਜਿਹਨਾਂ ਨੇ ਨਾਮ ਨਹੀਂ ਜਪਿਆ। ਨਾਮ ਜਪਣਾ ਭਾਈ ਨਾਮ, ਕਿਸੇ ਕੋਲ ਸੀ ਮਾਲਾ ਕਿਉਂ ਬਈ ਕਿਤਨੀਆਂ ਕਰਨਾ ਹੈ, ਖਜੀਏ ਤਾਂ ਕਦੇ ਗਿਣੀਆਂ ਹੀ ਨਹੀਂ, ਫਿਰ ਕਿਵੇਂ ਪਤਾ ਲੱਗੇ ਵੀ ਕਿਤਨੀਆਂ ਹੋਈਆਂ। ਮਨ ਤਾਂ ਖੁਟਰ ਹੈ, ਆਖੇਗਾ ਬਸ ਕਾਫੀ ਹਨ। ਪਤਾ ਲੱਗੇ ਵੀ ਮੈਂ ਕਿਤਨਾ ਖਟਿਆ, ਮੂਲ ਪਹਿਲੇ ਵੱਖਰਾ ਕਰ ਲੈ ਭਈ, ਆਹ ਤੇ ਹੈ ਨਾ ਮੇਰਾ ਮੂਲ ਤੇ ਆਹ ਬਾਕੀ ਮੇਰੀ ਖੱਟੀ। ਛੀ ਮਾਲਾ ਪਹਿਲੀ ਪੌੜੀ ਦੀਆਂ ਬਾਬਾ ਜੀ ਆਖਦੇ ਸਨ ਇਹ ਤਾਂ ਮੂਲ ਹੈ ਮੂਲ, ਇਸ ਤੋਂ ਵਧੀਕ ਜਪ ਲਵੇ ਤਾਂ ਤੂੰ ਕੁਝ ਖਟਿਆ ਹੈ, ਤੇ ਜੇ ਛੀ ਵੀ ਪੂਰੀਆਂ ਨਹੀਂ ਕੀਤੀਆਂ ਤਾਂ ਤੈਨੂੰ ਤਾਂ ਮੂਲ ਦਾ ਵੀ ਘਾਟਾ ਪੈ ਰਿਹਾ। ਨਫ਼ਾ ਬੇਸ਼ੱਕ ਨਾ ਗਿਣ, ਪਰ ਮੂਲ ਤਾਂ ਪਹਿਲਾਂ ਗਿਣ ਕੇ ਬੋਝੇ ਵਿੱਚ ਪਾ ਲੈ। ਇਹ ਤਾਂ ਤਸੱਲੀ ਰਹੇ ਵੀ ਮੈਨੂੰ ਘਾਟਾ ਕੋਈ ਨਹੀਂ, ਕਿ ਮੂਲ ਮੈਂ ਆਪਣਾ ਬਾਹਰ ਕੱਢ ਲਿਆ ਪਹਿਲੀ। ਸਤਿ ਸ੍ਰੀ ਅਕਾਲ, ਬੋਲੋ ਸ੍ਰੀ ਵਾਹ, ਫਿਰ ਜਪੋ ਸ੍ਰੀ ਵਾਹ। ਸਾਹਿਬ ਆਖਦੇ ਨੇ ਨਾਮ ਜਪੋ, ਜਿੱਥੋਂ ਤੱਕ ਵਸ ਚੱਲੇ ਵਾਹ ਲੱਗੇ ਨਾਮ ਜ਼ਰੂਰ ਜਪੋ। ਬੜੇ ਬੜੇ ਮਹਾਂਪੁਰਖਾਂ ਦੀ ਸੇਵਾ ਸੰਗਤ ਕਰਨ ਵਾਲੇ ਮੈਂ ਦੇਖਿਆ, ਜੇ ਉਹਨਾਂ ਨੇ ਨਾਮ ਨਹੀਂ ਜਪਿਆ ਤਾਂ ਕੁਝ ਸਮੇਂ ਬਾਅਦ ਉਹ ਬੇਮੁੱਖ ਹੋ ਗਏ। ਸਿਮਰਨਾ ਬੇਸ਼ੱਕ ਹੱਥ ਵਿੱਚ ਰਿਹਾ ਲੋਕ ਵਿਖਾਲੇ ਨੂੰ, ਪਰ ਨਾ ਨਾਮ ਜਪਿਆ ਤੇ ਨਾ ਆਪ ਨੂੰ ਚੀਨਿਆ। ਲੋਕਾਂ ਨੂੰ ਚੀਨ ਦੇ ਰਹੇ, ਫਲਾਣਾ ਕੀ ਕਰਦਾ ਪਿਆ, ਫਲਾਣਾ ਕੀ ਕਰ ਰਿਹਾ, ਆਪ ਨੂੰ ਨਾ ਚੀਨਿਆ। ਜਿੰਨਾ ਚਿਰ ਕੋਈ ਆਪ ਨੂੰ ਨਹੀਂ ਚੀਨਦਾ, ਅਸੀਂ ਔਗਣ ਤਾਂ ਆਪਣੇ ਕੱਢਣੇ ਸਨ ਕਿ ਲੋਕਾਂ ਦੇ ਜ਼ਿੰਮੇਵਾਰ ਬਣ ਗਏ। ਤਾਂ ਲੋਕਾਂ ਦੇ ਕੱਢਦੇ ਕੱਢਦੇ ਕਿਸੇ ਡੁੱਬਦੇ ਨੂੰ ਕੱਢਦੇ ਕੱਢਦੇ ਆਪ ਤਾਰੂ ਨਹੀਂ ਸੀ ਤੇ ਡੂੰਘੇ ਪਾਣੀ ਵਿੱਚ ਚਲਾ ਗਿਆ, ਆਪ ਹੀ ਨਾਲ ਡੁੱਬ ਮੋਇਆ। ਪਹਿਲੇ ਆਪ ਨੂੰ ਤਰਨਾ ਤਾਂ ਆਵੇ, ਫਿਰ ਕਿਸੇ ਦੀ ਬਾਂਹ ਫੜੀਏ। ਜਿੰਨਾ ਚਿਰ ਆਪ ਨੂੰ ਤਰਨਾ ਨਹੀਂ ਆਉਂਦਾ ਭਾਈ, ਕਿਸੇ ਦੀ ਬਾਂਹ ਫੜੀ ਖੜੋਤੇ ਹਾਂ ਤਾਂ ਉਸ ਨੂੰ ਤਾਰਨ ਦਾ ਯਤਨ ਅਰਦਾਸ ਕਰ ਸਕਦੇ ਹੋ, ਅਗਾਂਹ ਹੋ ਕੇ ਬਾਂਹ ਫੜਨ ਦਾ ਯਤਨ ਨਾ ਕਰੋ। ਕਿਉਂਕਿ ਜਿਸ ਵੇਲੇ ਕੋਈ ਵਿੱਚ ਤੋਂ ਬਾਹਰਾ ਹੋ ਕੇ ਵਰਤਦਾ ਉਸਦਾ ਬਲ ਹਰ ਜਾਂਦਾ। ਜੈਸਾ ਬਿੱਤ ਤੈਸਾ ਉਹ ਵਰਤੇ, ਆਪਣਾ ਬਲ ਨਹੀਂ। ਜਿਤਨਾ ਜਿਸਦਾ ਬਿੱਤ ਹੋਵੇ ਜੇ ਉਤਨੇ ਵਿੱਚ ਵਰਤੇ, ਜੇ ਵਿੱਚ 100 ਰੁਪਏ ਆ ਤੇ ਬੋਲੀ ਦੇ ਬੇਟਾ 1000 ਦੀ, ਤੇ ਹੁਣ ਮੰਗਦਾ ਫਿਰਦਾ ਤਰਲੇ ਕਰਦਾ ਵੀ 900 ਰੁਪਇਆ ਚਾਹੀਦਾ, ਜੇ ਨਾ ਮਿਲਿਆ ਤਾਂ ਮੇਰਾ 100 ਚਲਾ ਜਾਏਗਾ। ਫਿਰ ਏਡੇ ਪਲਾਲ ਦੀ ਕੀ ਲੋੜ ਸੀ, ਪਹਿਲਾਂ ਤੂੰ ਬੋਲੀ ਦੇ ਹੀ ਉਤਨੀ ਜਿਤਨੀ ਤੇਰੀ ਜੇਬ ਵਿੱਚ ਹੈ, ਜੇ ਖੱਟ ਲਏਗਾ ਤਾਂ ਅਗਲੀ ਵਾਰੀ ਫਿਰ ਕੋਈ ਹੋਰ ਬੋਲੀ ਦੇ ਦੇ। ਪਰ ਜੇ ਵਿੱਚ ਤੋਂ ਵਧੀਕ ਬੰਦਾ ਕੁਛ ਕਰ ਪਵੇ ਤਾਂ ਕਈ ਵਾਰੀ ਉਸਦਾ ਵਿੱਤ ਉਸਦਾ ਬਲ ਸਾਹਿਬ ਆਖਦੇ ਨੇ ਹਰ ਜਾਂਦਾ, ਹਰ ਜਾਂਦਾ ਤੇ ਨਾਲ ਹੀ ਉਹ ਗਿਰ ਜਾਂਦਾ। ਕਿਤਨੀ ਉਮੀਦ ਨਾਲ ਤੁਰਿਆ ਸੀ, ਕਿਤਨੀ ਖੁਸ਼ੀ ਹੁੰਦੀ ਸੀ ਦੇਖ ਕੇ, ਪਰ ਜਿਸ ਵੇਲੇ ਵਿੱਤੋਂ ਬਾਹਰਾ ਹੋ ਗਿਆ ਤੇ ਫਿਰ ਨੇੜੇ ਪਹੁੰਚ ਗਿਆ ਡੁੱਬਣ ਦੇ, ਉਸ ਵੇਲੇ ਆਖੇ ਕੋਈ ਮੇਰੀ ਬਾਂਹ ਫੜੋ ਤਾਂ ਬੜੀ ਮੁਸ਼ਕਲ ਬਣਦੀ ਹੈ। ਬਾਂਹ ਕੋਈ ਫੜ ਨਹੀਂ ਸਕਦਾ, ਨਾ ਉਸ ਵੇਲੇ ਫੜਨ ਦੀ ਆਗਿਆ ਹੁੰਦੀ ਹੈ, ਕਿਉਂਕਿ ਜੇ ਅੱਗੇ ਇਸਨੇ ਕੁਝ ਕੀਤਾ ਤਾਂ ਹੋਰ ਅੱਗੇ ਚੱਲ ਕੇ ਕੀ ਕਰੇਗਾ। ਤੋ ਰੋਜ਼ ਦੀ ਸੰਗਤ ਕਿਸ ਵਾਸਤੇ ਹੈ ਕਿ ਹਰ ਰੋਜ਼ ਕੋਈ ਨਾ ਕੋਈ ਅੱਖਰ ਇਸ ਨੂੰ ਪਾਉਂਦਾ ਰਹੇ, ਕੋਈ ਨਾ ਕੋਈ। ਕਬੀਰ ਜੀ ਦੇ ਕੋਲ ਗਿਆ ਕੋਈ
ਕਿ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ। ਕਹਿਣ ਲੱਗੇ ਵੀ ਕਿਰਪਾ ਤਾਂ ਹੁੰਦੀ ਹੈ ਸੰਗਤ ਵਿੱਚ, ਆਇਆ ਕਰ। ਕਿਹਾ ਜੀ ਰੋਜ਼ ਆ ਕੇ ਉਹੀ ਗੱਲਾਂ ਸੁਣਨੀਆਂ। ਕਹਿਣ ਲੱਗੇ ਰੋਜ਼ ਉਹੀ ਸੁਣਨੀਆਂ। ਬਾਬਾ ਜੀ ਉਹੀ ਬਚਨ ਕਰਦੇ ਸਨ ਹਮੇਸ਼ਾ। ਜਦ ਵੀ ਬਾਬਾ ਜੀ ਨੇ ਪੂਰਨਮਾਸ਼ੀ ਦਾ ਦਿਨ ਆਇਆ, ਉਹੀ ਉਹ ਇੱਕ ਸਾਖੀ ਕੀਤੀ ਤੇ ਹਰ ਦਿਨ ਸਵਾਦ ਵੱਖਰਾ ਹੁੰਦਾ ਸੀ। ਉਹ ਬੱਚਾ ਸੁਭਾਗਿਆ ਕਿੱਥੋਂ ਖਾਣਾ, ਕਿੱਥੋਂ ਪਹਿਰੇਗਾ, ਕੀ ਕੰਮ ਕਰੇਗਾ, ਕਿੱਥੇ ਰਹੇਗਾ। ਰੋ ਪਿਆ ਗਰੀਬ ਨਵਾਜ, ਤੇਰਾ ਦਿੱਤਾ ਖਾਂਦਾ ਹਾਂ, ਤੇਰਾ ਦਿੱਤਾ ਪਹਿਨਦਾ ਹਾਂ, ਜਿੱਥੇ ਤੂੰ ਰੱਖੇ ਉੱਥੇ ਰਵਾਂਗਾ, ਜੋ ਕੁਝ ਤੂੰ ਕਰਾਏ ਸੋ ਕਰਾਂਗਾ। ਤੇ ਫਿਰ ਬਾਬਾ ਜੀ ਆਖ ਉਹਨੇ ਉਹੀ ਨਾ ਸਿੱਖੀ, ਆ ਸਿੱਖੀ ਹੈ ਨਾ ਕਿ ਮੈਂ ਕੁਛ ਨਹੀਂ ਕਰਦਾ, ਮੈਂ ਕਿਤੇ ਨਹੀਂ ਰਹਿੰਦਾ ਜਿੱਥੇ ਤੂੰ ਰੱਖੇ, ਮੈਂ ਕੁਛ ਨਹੀਂ ਬੋਲਦਾ ਜੋ ਕੁਝ ਤੂੰ ਬੁਲਾਏ, ਜਿਹੜਾ ਕੰਮ ਤੂੰ ਕਰਾਏ ਮੈਂ ਉਹੀ ਉਹ ਕਰਦਾ, ਆਪਣਾ ਆਪ ਵਿੱਚ ਹੈ ਹੀ ਨਹੀਂ। ਤੋ ਸਿੱਖ ਦੇ ਅੰਦਰ ਆਪਣਾ ਆਪ ਹੈ ਹੀ ਨਹੀਂ, ਇਹ ਅਸਲ ਸਿੱਖੀ ਹੈ। ਜਿਸ ਅੰਦਰ ਆਪਣਾ ਆਪ ਨਹੀਂ ਉੱਥੇ ਕੀ ਹੈ, ਉੱਥੇ ਸਿੱਖੀ ਹੈ। ਤੋ ਬਿਨਾਂ ਆਪ ਨੂੰ ਚੀਨੇ ਦੇ ਇਹ ਗੁਣ ਨਹੀਂ ਆਉਂਦੇ, ਨਹੀਂ ਤੇ ਬੰਦਾ ਆਪ ਫੜਾਂ ਮਾਰਨ ਲੱਗ ਜਾਂਦਾ। ਇੱਕ ਆਦਮੀ ਕਹਿਣ ਲੱਗਾ ਮੈਂ 6 ਮਾਲਾ ਰੋਜ਼ ਕਰਨਾ, ਇਹ 1 ਮਾਲਾ ਵੀ ਨਹੀਂ ਕਰਦਾ। ਵੀ ਤੈਨੂੰ ਕੀ 1 ਮਾਲਾ ਕਰਦਾ ਕਿ ਨਹੀਂ ਕਰਦਾ, ਤੂੰ 6 ਕਰਦਾ ਨਾ, ਤੋ 6 ਮਾਲਾ ਕਰਕੇ ਤੇ ਤੂੰ ਅਣਹੋਣੀਆਂ ਕਿਉਂ ਕੀਤੀ ਜਾਂਦਾ ਆਪਣੀਆਂ, ਕਿ ਕਰਕੇ ਨਾ ਕੀਤੀਆਂ ਹੋਈ ਜਾਂਦੀਆਂ ਤੇਰੀਆਂ। ਕਿਉਂਕਿ ਜਦ ਕੋਈ ਕਰਕੇ ਹਉਮੈ ਕਰ ਪੈਂਦਾ ਤਾਂ ਉਸਦੀਆਂ ਕੀਤੀਆਂ ਨਾ ਕੀਤੀਆਂ ਹੋ ਜਾਂਦੀਆਂ। ਹਾਥੀ ਨਾ ਕੇ ਤੇ ਗੁੜ ਸਿਰ ਵਿੱਚ ਮਿੱਟੀ ਕਿਉਂ ਪਾਏ, ਜਦ ਮਿੱਟੀ ਪਾ ਲੈਂਦਾ ਤਾਂ ਉਸਦਾ ਨਾਤਾ ਅਨਨਾਤਾ ਹੋ ਜਾਂਦਾ। ਜਿਉਂ ਹਾਥੀ ਦਾ ਨਾਵਣਾ ਬਾਹਰ ਨਿਕਲ ਖੇ ਉਡਾਵੈ, ਜਿਉਂ ਉਠੇ ਦਾ ਖਾਵਣਾ ਪਰ ਹਰ ਕਣਕ ਜਵਾਂ ਖਾਵੈ, ਕਣਕ ਨਹੀਂ ਪਸੰਦ ਕਰਦਾ, ਜਵਾਂ ਖਾਂਦਾ ਉਹ ਕੰਡਿਆਰੀ ਬੂਟੀ। ਇਸੇ ਤਰ੍ਹਾਂ ਅਸੀਂ ਸਿਫਤ ਦੇ ਗਾਹਕ ਨਹੀਂ ਬਣਦੇ, ਔਗੁਣਾਂ ਦੇ ਗਾਹਕ ਬਣ ਜਾਂਦੇ। ਲੋਕ ਅਵਗੁਣਾਂ ਕੀ ਬਣਨੇ ਗੰਠੜੀ, ਗੁਣ ਨਾ ਵਿਆਜੇ ਕੋਏ, ਕਿਸੇ ਚੋਂ ਗੁਣ ਲਓ। ਜਦ ਕਿਸੇ ਦੇ ਗੁਣ ਵਿਚਾਰਾਂਗੇ, ਗੁਣ ਚਿਤਾਰਾਂਗੇ, ਤਾਂ ਉਸਦੇ ਗੁਣਾਂ ਨਾਲ ਸਾਡੀ ਸਾਂਝ ਪਵੇਗੀ, ਕੋਈ ਗੁਣ ਉਸਦਾ ਸਾਡੇ ਅੰਦਰ ਆ ਜਾਏਗਾ। ਜੇ ਕਿਤੇ ਬਾਗ ਵਿੱਚ ਜਾਈਏ ਤਾਂ ਕਿਵੇਂ ਲੰਮੇ ਲੰਮੇ ਸਾਹ ਲੈਂਦੇ ਹਾਂ, ਪਰ ਜੇ ਕਿਤੇ ਰੂੜੀ ਕੋਲੋਂ ਲੰਘਣਾ ਪੈ ਜਾਏ ਤਾਂ ਆਪਣਾ ਨੱਕ ਮੂੰਹ ਕੱਢ ਕੇ ਲੰਘਦੇ ਹਾਂ, ਕਿਉਂ ਬਦਬੂ ਆਉਂਦੀ ਹੈ। ਇਸੇ ਤਰ੍ਹਾਂ ਔਗਣ ਹੈ ਰੂੜੀ ਤੇ ਤੂੰ ਉੱਥੇ ਖੜੋ ਕੇ ਲੰਮੇ ਸਾਹ ਲੈ ਰਹੇ, ਨਕਮੂ ਕੱਢ ਕੇ ਲੰਘ ਜਾ। ਜੇ ਉਸ ਵਿੱਚ ਕੋਈ ਔਗਣ ਹੈ ਤਾਂ ਤੂੰ ਅਦ੍ਰਿਸ਼ਟ ਕਰ, ਵੇਖ ਕੇ ਅਣਡਿੱਠ ਕਰ ਜਾ। ਤੈਨੂੰ ਕੀ ਜੇ ਹੈਨ ਤਾਂ ਕੀ, ਨਹੀਂ ਤਾਂ ਕੀ। ਇੱਕ ਮਹਾਤਮਾ ਮਹਾਂਪੁਰਖ ਕਿਸੇ ਡੇਰੇ ਵਿੱਚ ਵਸਦੇ ਸਨ, ਦੂਜੇ ਡੇਰੇ ਦਾ ਸਾਧ ਭੱਜ ਕੇ ਉਸ ਡੇਰੇ ਵਿੱਚ ਆ ਗਿਆ। ਜਿਸ ਵੇਲੇ ਉਹਨਾਂ ਪੁੱਛਿਆ ਕਿਉਂ ਬਈ ਪ੍ਰੇਮੀਆਂ ਕਿੱਥੋਂ ਆਏ ਹੈ, ਜੀ ਫਲਾਣੇ ਡੇਰੇ 'ਚ ਆਇਆ। ਬੜਾ ਉਸ ਨਾਲ ਪਿਆਰ ਕੀਤਾ ਵੀ ਡੇਰੇ ਦਾ ਸਾਧ ਹੈ, ਫਲਾਣੇ ਡੇਰੇ 'ਚੋਂ ਆਇਆ। ਪਰ 2 ਦਿਨਾਂ ਬਾਅਦ ਚਿੱਠੀ ਆ ਗਈ, ਮਹਾਰਾਜ ਸੁਣਿਆ ਸਾਡਾ ਸਾਧ ਭੱਜ ਕੇ ਤੁਹਾਡੇ ਕੋਲ ਆ ਗਿਆ, ਰੱਖੋ ਨਾ ਰੱਖੋ ਇਹ ਤੁਹਾਡੀ ਖੁਸ਼ੀ, ਪਰ ਸਾਡਾ ਕੰਮ ਹੈ ਤੁਹਾਨੂੰ ਸੱਚੋ ਸੱਚ ਬਤਾ ਦੇਈਏ
ਇਸ ਵਿੱਚ ਔਗਣ ਜੇ ਇੱਕ ਤਾਂ ਚੋਰ ਹੈ, ਇੱਕ ਝੂਠ ਬੋਲਦਾ। ਇਹ ਚੋਰ ਤੇ ਝੂਠ ਬੋਲਣਾ ਇਹ ਬੜਾ ਭਾਰਾ ਔਗਣ ਹੈ ਮਹਾਰਾਜ। ਸੋਚ ਲੈਣਾ ਕਿਤੇ ਐਸਾ ਨਾ ਹੋਵੇ ਤੁਹਾਡੇ ਨਾਲ ਕੋਈ ਠੱਗੀ ਕਰ ਜਾਏ। ਜਿਸ ਵੇਲੇ ਉਹਨਾਂ ਚਿੱਠੀ ਪੜ੍ਹੀ ਤਾਂ ਉਸ ਤੋਂ ਸੱਦਿਆ, ਉਹ ਵੀ ਡਰ ਗਿਆ ਵੀ ਮੇਰੀ ਚਿੱਠੀ ਆਈ ਹੈ ਮੇਰੇ ਡੇਰੇ ਚੋਂ, ਹੁਣ ਖਬਰੇ ਮੈਨੂੰ ਇੱਥੋਂ ਜਵਾਬ ਦੇਣਗੇ ਵੀ ਚਲਾ ਜਾ। ਜਿਸ ਵੇਲੇ ਉਹ ਸਾਧ ਆਇਆ ਤੇ ਮਹਾਤਮਾ ਨੇ ਆਖਿਆ ਵੀ ਇੱਕ ਪੱਗ ਲਿਆਓ। ਪੱਗ ਲਿਆਂਦੀ, ਉਸਦੇ ਸਿਰ ਤੇ ਵਧਾਈ ਤੇ ਆਖਿਆ ਇਸ ਡੇਰੇ ਦਾ ਬਈ ਮਹੰਤ ਅੱਜ ਤੋਂ ਤੂੰ ਹੋਇਆ। ਉਹ ਬੜਾ ਹੈਰਾਨ ਕਿ ਮੈਂ ਤਾਂ ਸੋਚਦਾ ਸਾਂ ਚਿੱਠੀ ਆਈ ਹੈ ਮੇਰੇ ਬਰਖਿਲਾਫ ਤੇ ਮੈਨੂੰ ਦੇਣਗੇ ਜਵਾਬ, ਜੇ ਮੈਂ ਨਾ ਗਿਆ ਤਾਂ ਫਿਰ ਸੇਵਾਦਾਰ ਨੂੰ ਆਖਣਗੇ ਧੱਕੇ ਮਾਰ ਕੇ ਕੱਢ। ਤੇ ਪੱਗ ਬਣਾ ਕੇ ਪਏ ਆਖਦੇ ਨੇ ਡੇਰੇ ਦਾ ਮਹੰਤੀ ਤੂੰ ਹੈ। ਖਬਰ ਇਸ ਗੱਲ ਵਿੱਚ ਕੀ ਰਾਜ਼ ਹੋਵੇ। ਉਹਨੇ ਆਖਿਆ ਮਹਾਰਾਜ ਮੈਨੂੰ ਸਮਝ ਨਹੀਂ ਆਈ। ਆਖਣ ਲੱਗੇ ਬਈ ਤੇਰੇ ਡੇਰੇ ਦੀ ਚਿੱਠੀ ਆਈ ਹੈ, ਉਸ ਚਿੱਠੀ ਵਿੱਚ ਲਿਖਿਆ ਤੇਰੇ ਵਿੱਚ ਦੋ ਬੜੇ ਪਾਰੇ ਨੁਕਸ ਹਨ, ਬੜੇ ਔਗਣ ਹਨ। ਇੱਕ ਤਾਂ ਤੂੰ ਚੋਰ ਹੈ, ਦੂਜਾ ਝੂਠ ਬੋਲਣਾ। ਤੇ ਅਸੀਂ ਫਿਰ ਜਿਸ ਵੇਲੇ ਆਪਣੇ ਅੰਦਰ ਜਾਤੀ ਮਾਰੀ ਤਾਂ ਸਾਡੇ ਵਿੱਚ ਤਾਂ ਕਿਤਨੇ ਹੀ ਔਗਣ ਸਨ। ਅਸਾਂ ਸੋਚਿਆ ਵੀ ਅਸੀਂ ਮਹੰਤੀ ਦੇ ਲਾਇਕ ਨਹੀਂ, ਇਹ ਤਾਂ ਲਾਇਕ ਤੂੰ ਹੈ ਜਿਸ ਵਿੱਚ ਸਿਰਫ ਦੋ ਔਗਣ ਹਨ ਤੇ ਸਾਡੇ ਵਿੱਚ ਤਾਂ ਹਜ਼ਾਰਾਂ ਨਹੀਂ ਲੱਖਾਂ ਹਨ, ਬੇਸ਼ੁਮਾਰ ਹਨ, ਅਣਗਿਣਤ ਹਨ, ਗਿਣੇ ਨਹੀਂ ਜਾਂਦੇ। ਬਈ ਧਨ ਤੂੰ ਹੈ ਜਿਸ ਵਿੱਚ ਸਿਰਫ ਦੋ ਹਨ ਔਰ ਬਾਕੀ ਕੋਈ ਵੀ ਨਹੀਂ। ਤੇ ਜੇ ਗੁਰੂ ਦੀ ਕਿਰਪਾ ਹੋਈ ਤਾਂ ਖਬਰੇ ਦੋ ਹੀ ਨਾ ਰਹਿਣ। ਇਸ ਵਾਸਤੇ ਵੀ ਇਸ ਡੇਰੇ ਦੇ ਲਾਇਕ ਪੂਜਨੀਕ ਤੂੰ ਬੰਦਾ ਸਾਨੂੰ ਦਿਸਿਆ, ਅਸੀਂ ਤੈਨੂੰ ਨਮਸਕਾਰ ਕਰਦੇ। ਔਰ ਸੱਚਮੁੱਚ ਉਸ ਵਿੱਚ ਉਹ ਦੋ ਔਗਣ ਵੀ ਨਾ ਰਹੇ। ਐਡਾ ਸੱਚਾ ਸੁੱਚਾ ਹੋ ਗਿਆ ਕਿ ਲੋਕੀ ਵੇਖ ਕੇ ਅਸਚਰਜ ਮੰਨਣ ਵੀ ਇਹ ਉਹੀ ਸਾਧ ਹੈ, ਇਹ ਉਹੀ ਬੰਦਾ ਹੈ ਜਿੱਥੇ ਜਾ ਕੇ ਰਹਿੰਦਾ ਸੀ ਕੋਈ ਨਾ ਕੋਈ ਹੱਥ ਮਾਰ ਜਾਂਦਾ ਸੀ। ਪਰ ਇਹ ਕਿਸਦੀ ਕਿਰਪਾ ਹੋਈ? ਇਹ ਉਹਨਾਂ ਦੀ ਕਿਰਪਾ ਹੋਈ ਜਿਨ੍ਹਾਂ ਨੇ ਆਪ ਨੂੰ ਚੀਨਿਆ ਸੀ, ਆਪ ਨੂੰ ਚੀਨਿਆ ਸੀ ਵੀ ਇਸ ਵਿੱਚ ਸਿਰਫ ਦੋ ਤੇ ਸਾਡੇ ਵਿੱਚ ਕਿਤਨੇ। ਬਾਬਾ ਜੀ ਆਖਦੇ ਸਨ ਗੁਰਮੁਖ ਕੌਣ ਹੈ ਜਿਹੜਾ ਆਪ ਦੇ ਔਗਣ ਦੇਖਦਾ, ਮਨਮੁਖ ਕੌਣ ਹੈ ਜਿਹੜਾ ਦੂਜੇ ਦੇ ਔਗਣ ਵੇਖਦਾ, ਆਪ ਦੇ ਗੁਣ ਵੇਖਦਾ ਦੂਜੇ ਦੇ ਔਗਣ ਤੱਕਦਾ, ਅਖੇ ਉਹ ਮਨਮੁਖ ਹੈ। ਤੇ ਗੁਰਮੁਖ ਕੌਣ ਹੈ ਜਿਹੜਾ ਆਪਣੇ ਔਗੁਣ ਵੇਖਦਾ ਤੇ ਦੂਜੇ ਵਿੱਚ ਗੁਣ, ਉਹ ਗੁਰਮੁਖ ਹੈ। ਤਾਂ ਐਸਾ ਗੁਰਮੁਖ ਬਣਨਾ ਹੈ ਭਾਈ ਸਾਹਿਬ ਆਖਦੇ ਨੇ ਗੁਰਮੁਖ ਹੋਵੇ ਤਾਂ ਏਕੋ ਜਾਣੇ, ਗੁਰਮੁਖ ਹੋਏ ਤਾਂ ਏਕੋ ਜਾਣੇ। ਸਤਿਗੁਰੂ ਨਾਮ ਨਾ ਜਾਪੇ ਨਾ ਮੇਹੀ ਤੇ ਸਭ ਕਿਛੁ ਹੁਆ, ਫਿਰ ਸਤਿਗੁਰੂ ਨਾਮ ਨਾ ਜਾਪੇ ਸਭ ਕਿਛੁ ਹੁਆ।
ਜੋ ਇੱਛੇ ਸੋ ਫਲ ਪਾਏ, ਨਾਨਕ ਦਿਸਦਾ ਸਭ ਕਿਛ ਹੋਵੇ, ਇਹ ਵਿੱਚੋਂ ਆਪ ਗਵਾਏ, ਸਭ ਕਿਛ ਹੋਆ ਸਭ ਕਿਛ ਹੋਆ ਸਭ ਕੁਛ ਹੋਆ, ਨਵੀਂ ਤੇ ਸਭ ਕੁਛ ਹੋਆ ਬਿਨ ਸਤਿਗੁਰੂ ਨਾਮ ਨ ਜਾਪੇ, ਨਵੀਂ ਤੇ ਸਭ ਕੁਛ ਹੋਆ ਬਿਨ ਸਤਿਗੁਰੂ ਨਾਮ ਨ ਜਾਪੇ, ਸਤਿਗੁਰੂ ਨਾਮ ਨ ਜਾਪੇ, ਨਵੀਂ ਤੇ ਸਭ ਕੁਛ ਹੋਆ ਸਤਿਗੁਰੂ ਨਾਮ ਨ ਜਾਪੇ। ਐਤਵਾਰ ਹੈ ਬਈ, ਉਸ ਬੇਟਾ ਦਾ ਦਿਨ ਹੈ, ਬਾਬਾ ਜੀ ਦੇ ਅਸਥਾਨ ਦੀ ਯਾਤਰਾ, ਸ਼ਾਮ ਨੂੰ 8:30 ਵਜੇ ਸੰਗਤ ਯਾਤਰਾ ਨੂੰ ਚਲੇਗੀ। ਸਮੇਂ ਨਾਲ ਭਾਵੇਂ ਇੱਥੇ ਆ ਜਾਓ ਅਤੇ ਭਾਵੇਂ ਹਾਜ਼ਰੀ ਵਿੱਚ ਸਿੱਧੇ ਪਹੁੰਚੋ। ਸਿਆਲ ਦੇ ਦਿਨ ਹਨ, ਮੌਸਮ ਕੁਛ ਬੜਾ ਖਰਾਬ ਹੋ ਰਿਹਾ ਹੈ ਬਈ, ਜਿੱਥੇ ਮਨ ਖਰਾਬ ਹੋਏ ਉੱਥੇ ਤਨ ਵੀ ਤਾਂ ਖਰਾਬ ਹੋਣੇ ਹਨ ਨਾ। ਇਹ ਤਾਂ ਨਹੀਂ ਵੀ ਮਨ ਸਾਡੇ ਚੰਗੇ ਹਨ ਅਤੇ ਸਾਡਾ ਤਨ ਕਿਉਂ ਖਰਾਬ ਹੋਇਆ। ਇਹ ਤਾਂ ਤਨ ਤਾਂ ਹੀ ਖਰਾਬ ਹੁੰਦਾ ਜਦੋਂ ਮਨ ਪਹਿਲਾਂ ਪੈੜਾ ਬਣੇ। ਮਨ ਤਾਂ ਸਾਡੇ ਜੀਉ ਜਿਹੇ ਹਨ, ਉਸੇ ਮੁਤਾਬਕ ਅੱਗੋਂ ਮੌਸਮ, ਮੌਸਮ ਮੁਤਾਬਕ ਸਰੀਰ ਅਤੇ ਫਿਰ ਦੁੱਖ, ਇਹ ਤਾਂ ਲੱਗੇ ਹੀ ਰਹਿਣੇ ਹਨ। ਹੁਣ ਇਹਨਾਂ ਮੌਸਮਾਂ ਪਿੱਛੇ ਸਰੀਰ ਦੀ ਖਰਾਬੀ ਵੇਖ ਕੇ ਅਤੇ ਫਿਰ ਉਹ ਕੰਮ ਛੱਡ ਦੇਈਏ ਜਿਸ ਨੇ ਸਾਡਾ ਅਗਾਂਹ ਦਾ ਸਾਥ ਕਰਨ, ਤੋੜ ਦਾ ਸਾਥੀ ਸਾਡਾ, ਜਿਹੜਾ ਕੰਮ ਜਿਸ ਨੇ ਇੱਥੇ ਉੱਥੇ ਦੋਈ ਜਹਾਨੀ 33 ਵਾਰ ਨਾ ਲੱਗੇ। ਇੱਥੇ ਤਾਂ ਭਲਾ ਜਿਵੇਂ ਗੁਜ਼ਰੇਗੀ ਗੁਜ਼ਾਰ ਲਵਾਂਗੇ ਬਾਈ, ਅਗਾਂਹ ਦੀਆਂ ਰਾਤਾਂ ਬਹੁਤ ਵੱਡੀਆਂ ਰਾਤਾਂ ਜੀ, ਅਗਾਂ ਦੇ ਦੁੱਖ ਬਹੁਤ ਵੱਡੇ ਦੁੱਖ ਜੇ, ਇੱਥੋਂ ਦੇ ਚੱਲ ਲਈਏ ਕੋਈ ਡਰ ਨਹੀਂ, ਪਰ ਕੋਈ ਅਗਾਂ ਦਾ ਦੁੱਖ ਨਾ ਰਹੇ ਸਾਡੇ ਸਿਰ ਤੇ, ਕੋਈ ਐਸੀ ਦੁੱਖਾਂ ਦੀ ਪੰਡ ਨਾ ਪਵੇ ਸਾਡੇ ਉੱਤੇ। ਇਸ ਵਾਸਤੇ ਅਸੀਂ ਉਹ ਕੁਝ ਕਰੀਏ ਜੋ ਸਾਡੇ ਅੰਦਰ ਦੁੱਖ ਘਟਾਏ ਅਤੇ ਸੁੱਖ ਵਧਾਏ। ਉਹ ਇੱਕੋ ਹੀ ਕੰਮ ਹੈ ਕਿ ਸੰਗਤ ਵਿੱਚ ਆ ਕੇ ਜਪਣਾ ਸ੍ਰੀ ਵਾਹ, ਜਿਵੇਂ ਤੁਸੀਂ ਦਿਨ ਰਾਤ ਉੱਦਮ ਕਰ ਰਹੇ ਹੋ, ਗੁਰੂ ਕਿਰਪਾ ਕਰੇ ਕਿ ਆਪ ਦਾ ਉੱਦਮ ਸਦਾ ਇਹ ਤੁਹਾਨੂੰ ਸੁਖਦਾਈ ਰਹੇ ਔਰ ਤੁਸੀਂ ਲਾਭ ਉਠਾਉਂਦੇ ਰਹੋ। ਇਹ ਤਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਕੋਈ ਸੰਜੋਗ ਬਣਾਇਆ, ਜਿਸ ਸੰਜੋਗ ਦੀ ਘੜੀ ਵਿੱਚ ਮੈਂ ਤੇ ਤੁਸੀਂ ਬਹਿ ਕੇ ਜਟਕ ਸੁੱਖ ਮਾਣਦੇ ਹਾਂ, ਨਹੀਂ ਤਾਂ ਇਹ ਸੁੱਖ ਕਿੱਥੇ। ਕਲਯੁੱਗ ਦਾ ਸਮਾਂ ਹੈ, ਕਈ ਪਾਸੇ ਅੱਗ ਪਈ ਬਲਦੀ ਹੈ, ਕਾਮ ਕੋ ਲੋ ਮੋਹ ਅਹੰਕਾਰ ਦੀਆਂ ਲਾਟਾਂ ਉੱਠ ਰਹੀਆਂ ਹਨ, ਆ ਸੁੱਖ ਕਿੱਥੇ। ਪਰ ਇਹ ਵੀ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਉਹਨਾਂ ਨੂੰ ਜ਼ਰੂਰ ਮਿਲਣਾ ਔਰ ਮਿਲ ਰਿਹਾ ਹੈ। ਹੁਣ ਕੀਰਤਨ ਸਮਾਪਤੀ ਬੋਲਾਂ ਚੁੱਕਾਂ ਬਖਣੀਆਂ ਅਤੇ ਸ਼ਾਮ ਨੂੰ ਫਿਰ ਸਮੇਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।